ਪਹਿਲੇ ਤਾਂ ਗੁਰਜੀਤ ਸਿੰਘ ਹੈ, ਗੁਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ, ਸ਼ੇਰਪੁਰ ਬਸਤੀ ਪਿੰਡ ਦਾ ਰਹਿਣ ਵਾਲਾ। ਇਹਨੇ ਕਿ ਆਪਣੇ ਰਤਨ ਕੁਮਾਰ ਸੀ ਨੌਜਵਾਨ, ਉਹਨੂੰ ਝਾਸਾ ਦਿੱਤਾ ਵੀ ਤੈਨੂੰ ਮੈਂ USA ਭੇਜਦਾ ਬਾਹਰਲੇ ਦੇਸ਼। ਉਦੋਂ ਪੈਸੇ ਰਕਮ 7.5 ਲੱਖ ਹਾਸਿਲ ਕਰ ਲਿਆ। ਉਸ ਤੋਂ ਬਾਅਦ ਉਹਨੂੰ ਦੁਬਈ ਭੇਜ ਦਿੱਤਾ ਜੀ। ਦੁਬਈ ਉੱਥੇ ਵੇਟ ਕਰਦਾ ਰਿਹਾ ਵੀ ਮੈਨੂੰ ਅੱਗੇ ਲੈ ਕੇ ਜਾਊਗਾ। ਉੱਥੋਂ ਫਿਰ ਰਤਨ ਕੁਮਾਰ ਜਿਹੜਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲ, ਉੱਥੋਂ ਵਾਪਸ ਆਇਆ। ਉਸ ਤੋਂ ਬਾਅਦ ਉਹਨੇ ਸ਼ਿਕਾਇਤ ਕਰੀ, ਫਿਰ ਇਹਦੇ FIR ਦਰਜ ਰਜਿਸਟਰ ਨੂੰ ਧੋਖਾਦੇਹੀ ਦੀ, ਅਤੇ ਉਸ ਸਮੇਂ ਤੋਂ ਇਹ ਭਗੌੜਾ ਚੱਲਿਆ ਆ ਰਿਹਾ ਸੀ। ਇਹਨੂੰ ਅਸੀਂ ਹੁਣ ਅਰੈਸਟ ਕੀਤਾ, ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰੀਤ ਰਿਮਾਂਡ 'ਤੇ ਆ। ਅੱਗੇ ਤਫਤੀਸ਼ ਦੌਰਾਨ ਦੇਖੀ ਜਾਊਗਾ ਵੀ ਕੀ ਕੀ ਆ, ਕਿ ਇਹਨੇ ਹੋਰ ਲੋਕਾਂ ਨਾਲ ਕਿਹਨਾਂ ਨੇ ਠੱਗੀ ਮਾਰੀ ਆ। ਦੂਸਰਾ ਮਾਮਲਾ ਕੀ ਹੈ ਜੀ? ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ, ਅਤੇ ਮੱਛੀਵਾੜਾ ਸਾਹਿਬ ਦੀ ਉਹ ਰਹਿਣ ਵਾਲੀ ਆ, ਅਤੇ ਇੱਕ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ। ਇਹਨਾਂ ਨੇ ਦੋਹਾਂ ਨੇ, ਪਤੀ ਪਤਨੀ ਨੇ, 16 ਵਿਅਕਤੀਆਂ ਨੂੰ ਝਾਸੇ 'ਚ ਲਿਆ ਵੀ ਤੁਹਾਨੂੰ ਅਸੀਂ ਕਨੇਡਾ ਸੈਟਲ ਕਰਾਵਾਂਗੇ, ਬਾਹਰਲੇ ਦੇਸ਼ ਭੇਜਾਂਗੇ। 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34.5 ਲੱਖ ਰੁਪਏ ਦੀ ਹਾਸਲ ਕਰ ਲਏ। ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ, ਨਾ ਹੀ ਉਹਨਾਂ ਨੇ ਪੈਸੇ ਵਾਪਸ ਕੀਤੇ। ਅਤੇ ਇਹਨੂੰ ਵੀ ਅੱਜ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ, ਅਤੇ ਇਹਦੀ ਗ੍ਰਿਫਤਾਰੀ ਪਾਈ ਆ, ਪੁਲਿਸ ਰਿਮਾਂਡ ਹਾਸਲ ਕਰ ਲਿਆ, ਅੱਗੇ ਫਰਦਰ ਇਨਵੈਸਟੀਗੇਸ਼ਨ। ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਜੀ? ਹਾਂਜੀ, ਇਹਦੇ ਸੁਖਮਿੰਦਰ ਕੌਰ ਅਤੇ ਕਮਲਜੀਤ ਦੇ, ਇਹਨਾਂ ਦੇ ਖਿਲਾਫ਼ ਮੁਕੱਦਮੇ ਵੱਖ ਵੱਖ ਥਾਣਿਆਂ 'ਚ ਦਰਜ ਸੀ। ਰਿਕਵਰੀ ਹੋਈ ਪੇਮੈਂਟ ਦੀ ਤੋਂ ਪੈਸੇ? ਪੇਮੈਂਟ ਦੀ ਦੇਖੋ ਜੀ, ਅਸੀਂ ਤਾਂ ਆਪਣੇ ਪੁਲਿਸ ਰਿਮਾਂਡ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ, ਜ਼ਰੂਰ 100% ਰਿਕਵਰੀ ਕਰਾਵਾਂਗੇ ਅਸੀਂ। ਗ੍ਰਿਫਤਾਰੀ ਕਿੱਥੋਂ ਕੀਤੀ? ਇਹ ਸਤਿੰਦਰ ਕੌਰ ਤਾਂ ਅਸੀਂ ਪੁਲਿਸ ਆਪਣੇ ਪ੍ਰੋਟੈਕਸ਼ਨ 'ਤੇ ਲਿਆਂਦੇ ਹਾਂ ਜੀ, ਕਪੂਰਥਲੇ ਜੇਲ੍ਹ 'ਚੋਂ, ਅਤੇ ਗੁਰਜੀਤ ਸਿੰਘ ਅਸੀਂ ਮੱਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ ਜੀ। ਪਹਿਲੇ ਤਾਂ ਗੁਰਜੀਤ ਸਿੰਘ ਹੈ, ਗੁਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ, ਸ਼ੇਰਪੁਰ ਬਸਤੀ ਪਿੰਡ ਦਾ ਰਹਿਣ ਵਾਲਾ। ਇਹਨੇ ਕਿ ਆਪਣੇ ਰਤਨ ਕੁਮਾਰ ਸੀ ਨੌਜਵਾਨ, ਉਹਨੂੰ ਝਾਸਾ ਦਿੱਤਾ ਵੀ ਤੈਨੂੰ ਮੈਂ USA ਭੇਜਦਾ ਬਾਹਰਲੇ ਦੇਸ਼। ਉਦੋਂ ਪੈਸੇ ਰਕਮ 7.5 ਲੱਖ ਹਾਸਿਲ ਕਰ ਲਿਆ। ਉਸ ਤੋਂ ਬਾਅਦ ਉਹਨੂੰ ਦੁਬਈ ਭੇਜ ਦਿੱਤਾ ਜੀ। ਦੁਬਈ ਉੱਥੇ ਵੇਟ ਕਰਦਾ ਰਿਹਾ ਵੀ ਮੈਨੂੰ ਅੱਗੇ ਲੈ ਕੇ ਜਾਊਗਾ। ਉੱਥੋਂ ਫਿਰ ਰਤਨ ਕੁਮਾਰ ਜਿਹੜਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲ, ਉੱਥੋਂ ਵਾਪਸ ਆਇਆ। ਉਸ ਤੋਂ ਬਾਅਦ ਉਹਨੇ ਸ਼ਿਕਾਇਤ ਕਰੀ, ਫਿਰ ਇਹਦੇ FIR ਦਰਜ ਰਜਿਸਟਰ ਨੂੰ ਧੋਖਾਦੇਹੀ ਦੀ, ਅਤੇ ਉਸ ਸਮੇਂ ਤੋਂ ਇਹ ਭਗੌੜਾ ਚੱਲਿਆ ਆ ਰਿਹਾ ਸੀ। ਇਹਨੂੰ ਅਸੀਂ ਹੁਣ ਅਰੈਸਟ ਕੀਤਾ, ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰੀਤ ਰਿਮਾਂਡ 'ਤੇ ਆ। ਅੱਗੇ ਤਫਤੀਸ਼ ਦੌਰਾਨ ਦੇਖੀ ਜਾਊਗਾ ਵੀ ਕੀ ਆ, ਕਿ ਇਹਨੇ ਹੋਰ ਲੋਕਾਂ ਨਾਲ ਕਿਹਨਾਂ ਨੇ ਠੱਗੀ ਮਾਰੀ ਆ। ਦੂਸਰਾ ਮਾਮਲਾ ਕੀ ਹੈ ਜੀ? ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ, ਅਤੇ ਮੱਛੀਵਾੜਾ ਸਾਹਿਬ ਦੀ ਉਹ ਰਹਿਣ ਵਾਲੀ ਆ, ਅਤੇ ਇੱਕ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ। ਇਹਨਾਂ ਨੇ ਦੋਹਾਂ ਨੇ, ਪਤੀ ਪਤਨੀ ਨੇ, 16 ਵਿਅਕਤੀਆਂ ਨੂੰ ਝਾਸੇ 'ਚ ਲਿਆ ਵੀ ਤੁਹਾਨੂੰ ਅਸੀਂ ਕਨੇਡਾ ਸੈਟਲ ਕਰਾਵਾਂਗੇ, ਬਾਹਰਲੇ ਦੇਸ਼ ਭੇਜਾਂਗੇ। 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34.5 ਲੱਖ ਰੁਪਏ ਦੀ ਹਾਸਲ ਕਰ ਲਏ। ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ, ਨਾ ਹੀ ਉਹਨਾਂ ਨੇ ਪੈਸੇ ਵਾਪਸ ਕੀਤੇ। ਅਤੇ ਇਹਨੂੰ ਵੀ ਅੱਜ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ, ਅਤੇ ਇਹਦੀ ਗ੍ਰਿਫਤਾਰੀ ਪਾਈ ਆ, ਪੁਲਿਸ ਰਿਮਾਂਡ ਹਾਸਲ ਕਰ ਲਿਆ, ਅੱਗੇ ਫਰਦਰ ਇਨਵੈਸਟੀਗੇਸ਼ਨ। ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਜੀ? ਹਾਂਜੀ, ਇਹਦੇ ਸੁਖਮਿੰਦਰ ਕੌਰ ਅਤੇ ਕਮਲਜੀਤ ਦੇ, ਇਹਨਾਂ ਦੇ ਖਿਲਾਫ਼ ਮੁਕੱਦਮੇ ਵੱਖ ਵੱਖ ਥਾਣਿਆਂ 'ਚ ਦਰਜ ਸੀ। ਰਿਕਵਰੀ ਹੋਈ ਪੇਮੈਂਟ ਦੀ ਤੋਂ ਪੈਸੇ? ਪੇਮੈਂਟ ਦੀ ਦੇਖੋ ਜੀ, ਅਸੀਂ ਤਾਂ ਆਪਣੇ ਪੁਲਿਸ ਰਿਮਾਂਡ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ, ਜ਼ਰੂਰ 100% ਰਿਕਵਰੀ ਕਰਾਵਾਂਗੇ ਅਸੀਂ। ਗ੍ਰਿਫਤਾਰੀ ਕਿੱਥੋਂ ਕੀਤੀ? ਇਹ ਸਤਿੰਦਰ ਕੌਰ ਤਾਂ ਅਸੀਂ ਪੁਲਿਸ ਆਪਣੇ ਪ੍ਰੋਟੈਕਸ਼ਨ 'ਤੇ ਲਿਆਂਦੇ ਹਾਂ ਜੀ, ਕਪੂਰਥਲੇ ਜੇਲ੍ਹ 'ਚੋਂ,
ਗੁਰਜੀਤ ਸਿੰਘ ਅਸੀਂ ਮੱਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ ਜੀ।